ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਭਾਜੀ? ਵਧੀਆ ਜੀ, ਵਧੀਆ, ਠੀਕ ਆ ਜੀ, ਠੀਕ ਆ। ਮੇਰਾ ਅੱਜ ਫਸਟ ਦਿਨ ਹੈ ਭਾਜੀ ਜਿਮ 'ਚ, ਨਿਊ ਜੁਆਇਨਿੰਗ ਹੈ ਮੇਰੀ। ਅੱਛਾ ਅੱਛਾ। ਤੇ ਮੈਨੂੰ ਥੋੜ੍ਹਾ ਜਿਹਾ ਐਕਸਰਸਾਈਜ਼ ਬਾਰੇ ਤੁਸੀਂ ਪਲੀਜ਼ ਗਾਈਡ ਕਰ ਦਿਓ ਕਿ ਮੈਂ ਤੁਸੀਂ ਇੱਦਾਂ ਕਰੋ, ਮੈਕਸ ਐਕਸਰਸਾਈਜ਼ ਸਟਾਰਟ ਕਰ ਲਓ। 7 ਦਿਨ ਪਹਿਲਾਂ ਜਾਂ 6 ਦਿਨ ਤੁਸੀਂ ਮੈਕਸ ਐਕਸਰਸਾਈਜ਼ ਲਗਾਉਣੀ ਆ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਮਿਕਸ ਐਕਸਰਸਾਈਜ਼ ਹੁੰਦੀ ਕੀ ਮੈਨੂੰ ਦੱਸ ਦਿਓ ਪਲੀਜ਼, ਮੈਨੂੰ ਪਤਾ ਨਹੀਂ ਹੈ ਇਹਦੇ ਬਾਰੇ ਕਿ ਕਿੱਦਾਂ ਲਾਉਣੀ ਹੈ, ਕੀ ਆ, ਆਪਾਂ ਕੋਈ ਮੈਨੂੰ ਗਾਈਡ ਕਰ ਦਿਓ ਆਪਾਂ। ਠੀਕ ਹੈ, ਪਹਿਲਾਂ ਕੋਈ ਵਾਰਮ ਅਪ ਕਰਦੇ ਹਾਂ, ਸਟੈਪ ਅਪ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਮਿਕਸ ਐਕਸਰਸਾਈਜ਼ ਕਿੱਦਾਂ। ਓਕੇ, ਥੈਂਕ ਯੂ। ਇੱਦਾਂ ਕਰੋ, ਡੰਬਲ ਲੈ ਲਓ ਤੁਸੀਂ, ਜਿਹੜੇ ਲਾਈਟ ਵੇਟ ਡੰਬਲ ਆ ਉਹ ਤੁਸੀਂ ਯੂਜ਼ ਕਰ ਰਹੇ ਆ ਅਤੇ ਰੋਟੇਸ਼ਨ ਕਰਨੀ ਆ, ਠੀਕ ਹੈ। ਹਾਂਜੀ, ਗੁੱਡ, ਵੈਰੀ ਗੁੱਡ। 10 ਤੋਂ 12 ਰੈਪੀਟੇਸ਼ਨ ਲਗਾਉਣੇ ਆ ਇਹਦੇ, ਠੀਕ ਹੈ। ਇਸ ਤੋਂ ਬਾਅਦ ਤੁਸੀਂ ਇੱਥੇ ਲੈ ਆਉਣੇ ਆ, ਐਂਗਲ ਹਾਈ ਲੈ ਆਉਣਾ, ਅਪ ਲੈ ਆਓ, ਐਂਗਲ ਇੱਥੇ ਲੈ ਆਓ, ਹਾਂ ਠੀਕ ਹੈ। ਰੋਟੇਸ਼ਨ ਕਰੋ ਪੂਰਾ, ਠੀਕ ਹੈ। ਨਹੀਂ ਨਹੀਂ, ਬਸ ਇੱਥੇ ਤੱਕ, ਮਿਡ ਲਾਈਨ ਤੱਕ, ਠੀਕ ਹੈ, ਓਕੇ। ਹਾਂਜੀ, 10 ਤੋਂ 12 ਰੈਪੀਟੇਸ਼ਨ ਲਗਾ ਦਿਓ ਇਹਦੇ ਤੁਸੀਂ। ਇਹ 10 ਤੋਂ 12 ਰੈਪੀਟੇਸ਼ਨ ਲਗਾਉਣੇ ਆ, ਇਹਦੇ ਨਾਲ ਕੀ ਹੈ, ਤੁਹਾਡਾ ਜਿਹੜਾ ਸਕੈਪੂਲਾ ਆ ਉਹ ਬਿਲਕੁਲ ਇੱਕ ਵਾਰਮ ਪੋਜੀਸ਼ਨ 'ਚ ਆ ਜਾਊਗਾ, ਐਕਟੀਵੇਟ ਹੋ ਜਾਊਗਾ। ਫਿਰ ਤੁਸੀਂ ਕੋਈ ਵੀ ਐਕਟੀਵਿਟੀ ਕਰਨੀ ਹੈ, ਐਕਸਰਸਾਈਜ਼ ਕਰਨੀ ਆ, ਆਪਾਂ ਸਾਰੀਆਂ ਮਿਕਸ ਐਕਸਰਸਾਈਜ਼ ਲਗਾਉਣੀ ਆ, ਇਸ ਕਰਕੇ ਆਪਾਂ ਸਾਰਾ ਵਾਰਮ ਅਪ ਪਹਿਲਾਂ ਹੀ ਸਟਾਰਟ ਕਰ ਲੈਣਾ ਵਾ, ਸਾਰਾ ਵਾਰਮ ਅਪ ਕਰਕੇ ਫਿਰ ਐਕਸਰਸਾਈਜ਼ ਕਰਨੀ ਆ, ਠੀਕ ਹੈ। ਓਕੇ ਜੀ, ਰੱਖ ਦਿਓ, ਠੀਕ ਹੈ। ਡਾਊਨ 'ਤੇ ਬਿਲਕੁਲ ਆਪਣੇ ਟੋਰ ਨੂੰ ਟੱਚ ਕਰੋ, ਡਾਊਨ 'ਤੇ, ਗੁੱਡ ਗੁੱਡ। ਦੁਬਾਰਾ ਫਿਰ ਆਪਾਂ ਜਾਓ, ਫਿਰ ਦੁਬਾਰਾ ਟੱਚ ਕਰੋ, 4 to 5 ਰੈਪੀਟੇਸ਼ਨ ਲਗਾਓ, ਠੀਕ ਹੈ ਜੀ, ਗੁੱਡ ਗੁੱਡ। ਸਕੁਐਟ ਹੋਲਡ ਕਰੋ, ਡੀਪ ਡੀਪ ਸਕੁਐਟ ਹੋਲਡ ਕਰਨੀ ਹੈ ਤੁਸੀਂ, ਜਿਹੜੇ ਪੈਰ ਇੱਦਾਂ ਰੱਖਣੇ ਆ, ਬਿਲਕੁਲ, ਹਾਂਜੀ ਇੱਦਾਂ ਰੱਖੋ, ਠੀਕ ਹੈ। ਥੋੜ੍ਹੇ ਹੋਰ ਖੋਲੋ, ਥੋੜ੍ਹੇ ਹੋਰ ਖੋਲੋ, ਫਿਰ ਹਾਂ ਠੀਕ ਹੈ, ਡਾਊਨ ਆ ਜਾਓ, ਇੱਥੇ ਟੱਚ ਕਰ ਲਓ, ਠੀਕ ਹੈ ਜੀ, ਗੁੱਡ ਗੁੱਡ। ਟੱਚ ਕਰਕੇ ਰੱਖੋ, ਡਾਊਨ ਕਰ ਲਓ ਜਿੰਨਾ ਡੀਪ ਹੁੰਦਾ। ਬੈਕ ਜਿਹੜੀ ਆ ਸਟੇਟ ਕਰਨੀ ਹੈ, ਗੁੱਡ, ਹੋਰ ਸਟੇਟ ਕਰ ਲਓ, ਹਾਂਜੀ ਵੈਲ, ਠੀਕ ਹੈ, ਵੈਰੀ ਗੁੱਡ, ਓਕੇ, ਠੀਕ ਹੈ। ਹੁਣ ਤੁਸੀਂ ਲਾਈਟ ਵੇਟ ਨਾਲ ਜਿਹੜਾ ਆ ਐਕਸਰਸਾਈਜ਼ ਸਟਾਰਟ ਕਰਨੀ ਆ, ਠੀਕ ਹੈ। ਐਕਸਰਸਾਈਜ਼ ਤੋਂ ਪਹਿਲਾਂ ਕੀ ਆਪਾਂ ਵਾਰਮ ਅਪ ਕਰ ਲਿਆ ਵਾ, ਇਹਦੇ 2-3 ਵਾਰੀ ਰਿਪੀਟ ਇਹਨੂੰ ਕਰ ਲੈਣਾ ਵਾ ਵਾਰਮ ਅਪ। ਉਸ ਤੋਂ ਬਾਅਦ ਤੁਸੀਂ ਐਕਸਰਸਾਈਜ਼ ਸਟਾਰਟ ਕਰਨੀ ਹੈ, ਪਹਿਲਾਂ ਆਪਾਂ ਲਗਾਉਣੀ ਹੈਗੀ ਚੈਸਟ, ਚਲੋ ਆਪਾਂ ਚੈਸਟ ਲਗਾ ਲਓ। ਚੈਸਟ ਹੈਵੀ ਲਾਉਣੀ ਜਾਂ ਨਹੀਂ, ਤੁਸੀਂ ਚੈਸਟ ਵਾਲੀ ਪੋਜੀਸ਼ਨ ਤੇ ਚਲੋ ਲਗਾਉਣਾ ਵਾ। 10 ਤੋਂ 12 ਰੈਪੀਟੇਸ਼ਨ ਪਹਿਲਾਂ ਬਾਰਬਲ ਨਾਲ ਲਗਾ ਲਓ, ਪਹਿਲਾਂ ਵਾਰਮ ਅਪ ਕੀਤਾ ਹੋਇਆ ਵਾ ਕਾਫੀ ਟਾਈਮ, ਇਸ ਤੋਂ ਬਾਰਬਲ ਨਾਲ ਤੁਸੀਂ ਸਟਾਰਟ ਕਰ ਲਓ। ਬਾਰਬਲ ਦੀ ਗ੍ਰਿਪਿੰਗ ਕੀ ਹੈਗੀ, ਤੁਹਾਡੇ ਇੱਥੇ ਸ਼ੋਲਡਰ ਹੈਗੇ, ਸ਼ੋਲਡਰ ਤੋਂ 6 ਇੰਚ ਆਊਟਸਾਈਡ ਤੁਸੀਂ ਆਪਣੇ ਜਿਹੜੇ ਹੈਂਡ ਆ ਗ੍ਰਿਪ ਜਿਹੜੀ ਬਿਲਕੁਲ ਸਟਰੋਂਗ ਹੋਣੀ ਚਾਹੀਦੀ ਹੈ, ਓਵਰ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਕਲੈਕਟ ਕਰੋ, ਅਤੇ ਇੱਕ ਕੰਟਰੋਲ ਵੇਵ ਨਾਲ ਡਾਊਨ ਆਉਣਾ ਵਾ, ਅਤੇ ਕੰਟਰੋਲ ਵੇਵ ਨਾਲ ਅਪ ਜਾਣਾ। 10 ਤੋਂ 12 ਰੈਪੀਟੇਸ਼ਨ ਲਗਾਉਣੇ ਆ, ਜ਼ਿਆਦਾ ਫਾਰਵਰਡ ਨਾ ਆਵੇ, ਗੁੱਡ। ਇਹਨੂੰ ਤੁਸੀਂ 2 ਵਾਰੀ ਵੀ ਰਿਪੀਟ ਕਰ ਸਕਦੇ ਆ, 1 ਵਾਰੀ ਵੀ ਰਿਪੀਟ ਕਰ ਸਕਦੇ ਆ। ਜੇ ਤੁਸੀਂ ਪਹਿਲਾਂ ਵਾਰਮ ਅਪ ਵਧੀਆ ਬਹੁਤ ਵਧੀਆ ਕੀਤਾ ਹੋਇਆ ਵਾ, ਜਿੱਦਾਂ ਕੀਤਾ ਵਾ, 2 ਤੋਂ 3 ਵਾਰੀ ਉਹਨੂੰ ਸੈੱਟ ਲਗਾਓਗੇ ਤਾਂ ਵਾਰਮ ਅਪ ਤੁਹਾਡੀ ਜਿਹੜੀ ਫੁੱਲੀ ਐਕਟੀਵਿਟੀ ਹੋਜੂਗੀ। ਉਸ ਤੋਂ ਬਾਅਦ ਤੁਸੀਂ ਵਾਰਬਲ ਨਾਲ ਲਗਾ ਕੇ ਉਸ ਤੋਂ ਬਾਅਦ ਤੁਸੀਂ ਜਿਹੜੀ ਆਪਣੀ ਐਕਸਰਸਾਈਜ਼ ਸਟਾਰਟ ਕਰੋ, ਠੀਕ ਹੈ, ਓਕੇ, ਰੱਖ ਦਿਓ। ਅਤੇ ਹੁਣ ਦੱਸ ਦੇ ਡੇਟਾ ਪਾ ਲਓ ਨਾਲ, ਅਸੀਂ ਡੇਟ ਪਾ ਲਈ ਆ। ਤੁਸੀਂ 30 ਸੈਕਿੰਡ ਰੈਸਟ ਲੈ ਕੇ ਦੁਬਾਰਾ ਨੂੰ ਰਿਪੀਟ ਕਰ ਸਕਦੇ ਹਾਂ, ਓਕੇ ਜੀ। ਆ ਦਿਓ, ਅਸੀਂ ਥੋੜ੍ਹਾ ਜਿਹਾ ਦਿਖਾ ਰਿਹਾ ਥੋੜ੍ਹਾ ਜਿਹਾ ਫਾਰਵਰਡ, ਕਿਉਂਕਿ ਥੋੜ੍ਹਾ ਸਾਰਾ ਕਵਰ ਹੋ ਜਾਵੇ, ਕਿਉਂਕਿ ਵੀਡੀਓ ਨਹੀਂ ਤਾਂ ਬਹੁਤ ਲੰਬੀ ਚੱਲ ਜਾਣੀ ਆ, ਠੀਕ ਹੈ ਜੀ। ਹੈਂਡ ਜਿਹੜੇ ਆ ਬਿਲਕੁਲ ਤੁਹਾਡੇ ਸੇਮ ਹੋਣੇ ਚਾਹੀਦੇ ਆ, ਜਿਹੜੀ ਤੁਹਾਡੀ ਬਾਰਬਲ ਆ ਉੱਥੋਂ ਬਿਲਕੁਲ ਸੇਮ ਹੋਣੇ ਚਾਹੀਦੇ ਆ, 6 ਇੰਚ ਦੇ ਮੈਂ ਅੱਗੇ ਦੱਸਿਆ ਵਾ, ਠੀਕ ਹੈ, ਓਕੇ, ਕਲਿੱਕ ਕਰ ਲਓ, ਠੀਕ ਹੈ। ਜ਼ਿਆਦਾ ਹੈਵੀ ਤਾਂ ਨਹੀਂ ਲੱਗ ਰਿਹਾ, ਠੀਕ ਹੈ, ਨਹੀਂ ਹੱਥ ਓਵਰ ਨਹੀਂ ਇੱਥੇ ਰੱਖਣਾ ਵਾ, ਜਿਹੜਾ ਕੰਟਰੋਲ ਵੇਵ ਨਾ, ਓਕੇ, ਡਾਊਨ ਆਓ। 10 ਰੈਪੀਟੇਸ਼ਨ ਤੁਸੀਂ ਲਗਾਉਣੇ ਆ, 1 2 ਵੈਰੀ ਗੁੱਡ, 3 4 5 ਕਮ ਔਨ, 6 7 8 ਟੂ ਮੋਰ, 1 ਮੋਰ, ਗੁੱਡ, ਠੀਕ ਹੈ ਜੀ। ਗ੍ਰਿਪ ਤੁਹਾਡੀ ਬਿਲਕੁਲ ਸਟਰੋਂਗ ਰਹਿਣੀ ਚਾਹੀਦੀ ਹੈ, 10 ਰੈਪੀਟੇਸ਼ਨ ਲਗਾਉਣੇ ਆ। ਇਸ ਤੋਂ ਬਾਅਦ ਵੇਟ ਤੁਸੀਂ ਵਧਾਉਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕਰਨੀ ਹੈਗੀ, ਇੰਨਾ ਹੀ ਵੇਟ ਰੱਖਣਾ ਵਾ, ਅਗਰ ਪਹਿਲਾਂ ਦਿਨ ਆ। ਇਸ ਤੋਂ ਬਾਅਦ ਆਪਾਂ ਇਹਨੂੰ 3 ਵਾਰੀ ਰਿਪੀਟ ਕਰਨਾ ਵਾ, 10 ਸੈਕਿੰਡ ਦੀ 30 ਸੈਕਿੰਡ ਦੀ ਰੈਸਟ ਲੈਣੀ ਆ, 10 ਰੈਪੀਟੇਸ਼ਨ ਲਗਾਉਣੇ ਆ ਤਾਂ 3 ਵਾਰੀ ਰਿਪੀਟ ਕਰਨਾ ਵਾ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਲਗਾਵਾਂਗੇ ਇਨਕਲਾਈਨ ਡੰਬਲ ਪ੍ਰੈਸ, ਜਿਹੜਾ ਤੁਸੀਂ ਇਨਕਲਾਈਨ ਕਰਨਾ ਵਾ ਬੈਂਚ, ਜ਼ਿਆਦਾ ਨਹੀਂ ਹੋਣਾ ਚਾਹੀਦਾ ਨਾ ਜ਼ਿਆਦਾ ਡਾਊਨ ਹੋਣਾ ਚਾਹੀਦਾ ਵਾ, ਬਿਲਕੁਲ ਇੱਕ ਨੋਰਮਲ ਪੋਜੀਸ਼ਨ 'ਤੇ ਹੋਣਾ ਚਾਹੀਦਾ, ਜਾਂ ਆਪਣੀ ਜਿਹੜੀ ਹਾਈਟ ਹੈਗੀ ਉਹਦੇ ਹਿੱਪ ਤੋਂ ਥੋੜ੍ਹਾ ਜਿਹਾ ਬਰਾਬਰ ਹੋਵੇ, ਠੀਕ ਹੈ। ਉਸ ਤੋਂ ਬਾਅਦ ਡੰਬਲ ਟੇਕ ਕਰ ਲਓ ਤੁਸੀਂ, ਲਾਈਟ ਵੇਟ ਡੰਬਲ ਜਿਹੜਾ ਤੁਹਾਡੀ ਜਿੰਨੀ ਤੁਹਾਡੀ ਸਟਰੈਂਥ ਹੈਗੀ ਆ ਉਹਦੇ ਅਕੋਰਡਿੰਗ ਤੁਸੀਂ ਟੇਕ ਕਰਨੇ ਆ। ਨਾਲੇ ਡੰਬਲ ਆ ਬਿਲਕੁਲ ਇੱਥੇ ਲੈ ਆਓ, ਅਪ ਲੈ ਆਓ ਚੈਸਟ 'ਤੇ, ਠੀਕ ਹੈ, ਗੁੱਡ, ਅਪ ਲੈ ਕੇ ਜਾਣਾ ਵਾ, ਗੁੱਡ, ਡਾਊਨ ਆਉਣਾ ਵਾ, ਜ਼ਿਆਦਾ ਡਾਊਨ ਨਹੀਂ ਜਾਣਾ ਹੈਗਾ, 90 ਡਿਗਰੀ ਦਾ ਤੁਹਾਡਾ ਡਾਊਨ ਨਾ ਜਾਵੇ ਜਿਹੜਾ ਐਂਗਲ,
ਜਿਹੜਾ ਤੁਹਾਡਾ ਸਕੈਪੂਲਾ ਜਿਹੜਾ ਆ ਬਿਲਕੁਲ ਤੁਹਾਡੀ ਜਿਹੜੀ ਸ਼ੋਲਡਰ ਇੰਜਰੀ ਜਿਹੜੀ ਆ ਉਹ ਤੋਂ ਬਚਾ ਰਵੇ। ਇਹਦੇ 10 ਰੈਪੀਟੇਸ਼ਨ ਲਗਾਉਣੇ ਆ ਆਪਣੀ ਸਟਰੈਂਥ ਦੇ ਅਕੋਰਡਿੰਗ। ਜਿਹੜਾ ਆ ਵੇਟ ਤੁਸੀਂ ਲਿਫਟ ਕਰਨਾ ਵਾ ਅਤੇ ਬਿਲਕੁਲ ਕੰਟਰੋਲ ਵੇ ਦੇ ਵਿੱਚ ਡਾਊਨ ਅਤੇ ਕੰਟਰੋਲ ਵੇ ਦੇ ਵਿੱਚ ਅੱਪ ਜਾਣਾ ਚਾਹੀਦਾ ਵਾ। 10 ਰੈਪੀਟੇਸ਼ਨ ਲਗਾ ਕੇ ਉਸ ਤੋਂ ਬਾਅਦ ਇਹਨੂੰ 30 ਸੈਕਿੰਡ ਦੀ ਤੁਸੀਂ ਰੈਸਟ ਲੈਣੀ ਆ, ਉਸ ਤੋਂ ਬਾਅਦ 2 ਸੈਟ ਇਹਦੇ ਹੋਰ ਰਿਪੀਟ ਕਰਨੇ ਆ। ਠੀਕ ਹੈ ਜੀ, 10 ਰੈਪੀਟੇਸ਼ਨ ਹੋ ਗਿਆ ਜੀ। ਓਕੇ ਓਕੇ, ਸਲੋ ਡਾਊਨ ਆ ਜਾਓ। ਡੰਬਲ ਵਾਪਸ ਉੱਥੇ ਰੈਕ 'ਤੇ ਰੱਖਣੇ ਆ ਜਿਹੜੀ ਤੁਹਾਨੂੰ ਬਾਅਦ ਵਿੱਚ ਕਦੇ ਪੈਰਾਂ ਦੇ ਵਿੱਚ ਕੁਛ ਨਾ ਵੱਜੇ, ਤੁਹਾਡੇ ਜਿਹੜੀ ਸੇਫਲੀ ਰਹੇ। ਠੀਕ ਹੈ, ਇਸ ਤੋਂ ਬਾਅਦ ਆਪਾਂ ਲਗਾਉਣੀ ਹੈ ਸ਼ੋਲਡਰ। ਠੀਕ ਹੈ, ਉੱਧਰ ਬੈਂਚ 'ਤੇ ਚੱਲ ਜਾਓ, ਆਪਣੇ ਸਟਰੈਂਥ ਦੇ ਅਕੋਰਡਿੰਗ ਤੁਸੀਂ ਲਿਫਟ ਕਰ ਲਓ। 7.5 ਜਾਂ 7.5 ਦੇ ਡੰਬਲ ਲੈ ਲਓ। ਠੀਕ ਹੈ, ਡੰਬਲ ਲੈ ਆਓ ਬਿਲਕੁਲ ਰੈਕ ਦੇ ਉੱਪਰੋਂ, ਏਅਰਫੁੱਲੀ ਬੈਕ ਸਟੇਟ, ਬੈਕ ਜਿਹੜੀ ਤੁਹਾਡੀ ਬਿਲਕੁਲ ਟੱਚ ਚਾਹੀਦੀ ਆ, ਸਪੋਰਟ ਚਾਹੀਦੀ ਥੋੜ੍ਹੀ। ਠੀਕ ਹੈ ਜੀ, ਇਹਨੂੰ ਆਪ ਲੈ ਕੇ ਜਾਣਾ ਵਾ ਡਾਊਨ, ਸੇਮ ਪੋਜੀਸ਼ਨ ਜਿਹੜੀ ਆ ਤੁਹਾਡਾ ਤੁਹਾਡਾ ਐਂਗਲ ਆ ਉਹ 90 ਡਿਗਰੀ 'ਤੇ ਹੋਣਾ ਚਾਹੀਦਾ, ਜ਼ਿਆਦਾ ਤੁਸੀਂ ਡਾਊਨ ਨਹੀਂ ਆਉਣਾ ਹੈਗਾ। 10 ਰੈਪੀਟੇਸ਼ਨ ਹੋਏ ਤੁਸੀਂ ਲਗਾਉਣੇ ਆ, 10 ਰੈਪੀਟੇਸ਼ਨ ਤੋਂ ਬਾਅਦ 30 ਸੈਕਿੰਡ ਦੀ ਰੈਸਟ ਲੈ ਕੇ 2 ਵਾਰੀ ਫਿਰ ਰਿਪੀਟ, ਜਾਣੀ ਕਿ 3 ਸੈਟ ਇਹਦੇ ਤੁਸੀਂ ਰਿਪੀਟ ਕਰਨੇ ਆ। ਅਤੇ ਲਾਈਟ ਵੇਟ ਹੀ ਰੱਖਣਾ ਵਾ, ਜ਼ਿਆਦਾ ਹੈਵੀ ਦੀ ਕੋਸ਼ਿਸ਼ ਨਹੀਂ ਕਰਨੀ। ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਸਟਰੈਂਥ ਹੋਰ ਵੀ ਹੈਗੀ ਚੱਕਣ ਦੀ ਤਾਂ ਨਹੀਂ ਲਿਫਟ ਕਰਨਾ ਹੈਗਾ, ਲਾਈਟ ਵੇਟ ਤੋਂ ਜਿਹੜੀ ਤੁਸੀਂ ਸਟਾਰਟਿੰਗ ਕਰਨੀ ਆ। ਠੀਕ ਹੈ, 10 ਰੈਪੀਟੇਸ਼ਨ ਹੋ ਗਿਆ। 10 ਰੈਪੀਟੇਸ਼ਨ ਲਗਾਉਣ ਤੋਂ ਬਾਅਦ ਇੱਕ ਗੱਲ ਦਾ ਬਹੁਤ ਜ਼ਿਆਦਾ ਖਾਸ ਖਿਆਲ ਰੱਖਣਾ ਵਾ ਕਿ ਡੰਬਲ ਜਿਹੜੇ ਆ ਵਾਪਸ ਦੁਬਾਰਾ ਰੈਕ 'ਤੇ ਰੱਖੋ ਆਪਣੇ। ਠੀਕ ਹੈ, ਇਹਨੂੰ ਸਾਈਡ 'ਤੇ ਲਗਾ ਦਿਓ, ਉੱਧਰ ਕਰ ਦਿਓ। ਇਸ ਤੋਂ ਬਾਅਦ ਤੁਸੀਂ ਡੰਬਲ ਰੇਸ ਲਗਾਉਣੇ ਆ, ਕਿਉਂਕਿ ਆਪਾਂ ਸ਼ੋਲਡਰ ਦੀ ਐਕਸਰ ਲਗਾ ਰਹੇ ਹਾਂ। ਪਹਿਲੀ ਆਪਣੀ ਸ਼ੋਲਡਰ ਪ੍ਰੈਸ ਹੋ ਗਈ, ਇਸ ਤੋਂ ਬਾਅਦ ਆਪਾਂ ਡੰਬਲ ਰੇਸ ਲਗਾਵਾਂਗੇ। ਦੇਖ ਲਓ ਤੁਹਾਡੀ ਸਟਰੈਂਥ ਜਿੰਨੀ ਹੈਗੀ ਆ ਉਹਦੇ ਅਕੋਰਡਿੰਗ ਤੁਸੀਂ ਲਿਫਟ ਕਰ ਲਓ। ਠੀਕ ਹੈ, ਇੱਥੋਂ ਲੈ ਕੇ ਆਉਣਾ ਵਾ, ਕੰਟਰੋਲ ਵੇ ਨਾਲ ਅੱਪ ਆਉਣਾ ਵਾ, ਵਿੱਚ ਸ਼ੋਲਡਰ ਤੋਂ ਵੱਬ ਨਹੀਂ ਜਾਣਾ ਹੈਗਾ। ਜਿਹੜੀ ਆ ਤੁਹਾਡੀ ਆਰਮ ਆ ਇਹ ਵੱਬ ਨਹੀਂ ਜਾਣੀ ਚਾਹੀਦੀ, ਅੱਪ ਨਹੀਂ ਜਾਣੀ ਚਾਹੀਦੀ ਹੈਗੀ, ਬਿਲਕੁਲ ਇੱਥੇ ਬਰਾਬਰ। ਗੁੱਡ, ਵੈਰੀ ਗੁੱਡ। ਹਾਂਜੀ, ਤਾਂ ਗ੍ਰਿਪ ਜਿਹੜੀ ਤੁਹਾਡੀ ਸਟਰੋਂਗ ਹੋਣੀ ਚਾਹੀਦੀ ਆ, ਉਹਦਾ ਰੀਜ਼ਨ ਹੈਗਾ ਮੈਂ ਅੱਗੇ ਵੀ ਦੱਸ ਚੁੱਕਾ ਹਾਂ, ਜਿਹੜੀ ਤੁਹਾਡੀ ਇੰਜਰੀ ਆ ਉਹ ਤੁਹਾਡੀ ਗ੍ਰਿਪ ਦੇ ਕਰਕੇ ਵੀ ਹੋ ਸਕਦੀ ਆ। ਜਿਹੜੀ ਅੱਪਰ ਬੈਕ ਨਾਲ ਤੁਹਾਡੀਆਂ ਜਿਹੜੀਆਂ ਨਰਵ ਆ ਉਹ ਬਿਲਕੁਲ ਕਨੈਕਟਡ ਹੈਗੀਆਂ ਆ, ਇਸ ਚੀਜ਼ ਦੇ ਨਾਲ ਤੁਹਾਡੀਆਂ ਜਿਹੜੀਆਂ ਨਰਵ ਆ ਉਹ ਕਨੈਕਟ ਹੁੰਦੀਆਂ ਵਾ, ਇਸ ਕਰਕੇ ਜਿਹੜੀ ਗ੍ਰਿਪ ਤੁਹਾਡੀ ਬਿਲਕੁਲ ਸਟਰੋਂਗ ਹੋਣੀ ਚਾਹੀਦੀ ਆ। 10 ਰੈਪੀਟੇਸ਼ਨ ਲਗਾਉਣੇ ਆ ਈ ਸਾਈਡ, 10 ਰੈਪੀਟੇਸ਼ਨ ਉੱਧਰ, 10 ਰੈਪੀਟੇਸ਼ਨ ਇਸ ਸਾਈਡ। 10 ਰੈਪੀਟੇਸ਼ਨ ਲਗਾਉਣ ਤੋਂ ਬਾਅਦ ਤੁਸੀਂ ਫਿਰ ਰੈਸਟ ਲੈਣੀ 30 ਸੈਕਿੰਡ, ਫਿਰ ਇਹਨੂੰ 2 ਸੈਟ ਇਹਦੇ ਹੋਰ ਲਗਾਉਣੇ, ਯਾਨੀ ਕਿ 3 ਸੈਟ ਤੁਹਾਡੇ ਟੋਟਲ ਹੋ ਜਾਣੇ ਆ। ਠੀਕ ਹੈ ਜੀ, ਵਾਪਸ ਰੱਖ ਦਿਓ। ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਬੈਕ ਦੀ ਐਕਸਰਸਾਈਜ਼ ਲਗਾਉਣੀ ਆ। ਬੈਕ ਦੇ ਵਿੱਚ ਪਹਿਲੀ ਐਕਸਰਸਾਈਜ਼ ਲਗਾ ਰਹੇ ਹਾਂ ਆਪਾਂ ਪੁੱਲ ਡਾਊਨ, ਆ ਜਾਓ ਇੱਥੇ ਬਹਿ ਜਾਓ। ਪੁੱਲ ਡਾਊਨ ਮਸ਼ੀਨ ਲਗਾਉਣੀ ਆ, ਇਹ ਆਪਾਂ ਲੈਟ ਦੀ ਐਕਸਰਸਾਈਜ਼ ਲਗਾ ਰਹੇ ਹਾਂ, ਲੈਟ ਪੁੱਲ ਡਾਊਨ। ਪੁੱਲ ਡਾਊਨ ਦੇ ਨਾਲ ਆ ਸਟਰੈਂਥ ਦੇ ਅਕੋਰਡਿੰਗ ਤੁਸੀਂ ਵੇਟ ਜਿਹੜਾ ਆ ਆਪਣਾ ਲਿਫਟ ਕਰਨਾ ਵਾ, ਅਤੇ ਇਹਨੂੰ ਬਿਲਕੁਲ ਕੰਟਰੋਲ ਵੇ ਨਾਲ ਡਾਊਨ ਆਉਣਾ ਵਾ। ਬਿਲਕੁਲ ਇਹ ਨਹੀਂ ਤੁਹਾਡੀ ਹੈਗੀ ਕਿ ਬੋਡੀ ਅੱਗੇ ਕਦੀ ਪਿੱਛੇ ਜਾ ਰਹੀ ਹੈਗੀ ਆ, ਉਹ ਕੋਈ ਸਹੀ ਤਰੀਕਾ ਨਹੀਂ ਹੈਗਾ। ਜਿਹੜੀ ਤੁਹਾਡੀ ਲੈਟ ਜਿਹੜਾ ਆ ਉਹ ਬਿਲਕੁਲ ਕੰਟਰੈਕਟ ਹੋਵੇ, ਜਿਹੜਾ ਮਸਲ ਆ ਮਸਲ ਮਾਇੰਡ ਕਨੈਕਸ਼ਨ 'ਤੇ ਆਪਾਂ ਫਿਰ ਵੀਡੀਓ ਬਣਾਵਾਂਗੇ ਉਹਦੇ ਬਾਰੇ, ਫਿਰ ਡਿਟੇਲ ਦੇਵਾਂਗੇ। 10 ਰੈਪੀਟੇਸ਼ਨ ਲਗਾਉਣੇ ਆ, 10 ਰੈਪੀਟੇਸ਼ਨ ਲਗਾਉਣ ਤੋਂ ਬਾਅਦ ਫਿਰ ਰੈਸਟ ਲੈਣੀ ਆ 30 ਸੈਕਿੰਡ, ਅਤੇ 3 ਵਾਰੀ ਇਸ ਐਕਸਰਸਾਈਜ਼ ਨੂੰ ਰਿਪੀਟ ਕਰਨਾ ਆ। ਠੀਕ ਹੈ, ਹੋ ਗਿਆ, ਇਹਨੂੰ ਹੋ ਗਿਆ। ਇਸ ਤੋਂ ਬਾਅਦ ਤੁਸੀਂ ਆਪਣੀ ਮਸ਼ੀਨ ਰੋ, ਅਸੀਂ ਇਹਦੇ ਵਿੱਚ ਲਗਾ ਰਹੇ ਹਾਂ, ਵੈਸੇ ਜੇ ਤੁਸੀਂ ਮਸ਼ੀਨ ਰੋ ਤੁਹਾਡੇ ਕੋਲ ਮਸ਼ੀਨ ਹੋਰ ਹੈਗੀ ਆ ਉਹਦੇ 'ਤੇ ਵੀ ਤੁਸੀਂ ਲਗਾ ਸਕਦੇ ਹੋ। ਪੈਰ ਅੱਗੇ ਲਿਆਓ ਬਿਲਕੁਲ। ਠੀਕ ਹੈ ਜੀ, ਬੈਕ ਸਪਾਈਨ ਜਿਹੜੀ ਤੁਹਾਡੀ ਆ, ਸਪਾਈਨਲ ਕੋਡ ਆ ਜਿਹੜੀ ਆ ਉਹ ਬਿਲਕੁਲ ਆਰਚ ਨਹੀਂ ਹੋਣੀ ਚਾਹੀਦੀ ਹੈਗੀ, ਸਟੇਟ ਹੋਣੀ ਚਾਹੀਦੀ ਆ। ਠੀਕ ਹੈ ਜੀ, ਓਕੇ। ਡਾਊਨ 'ਤੇ ਪੁੱਲ ਕਰਨਾ ਵਾ, ਪਹਿਲਾਂ ਆਪਾਂ ਸਾਰਾ ਜਿਹੜੇ 2-4 ਐਕਸਰਸਾਈਜ਼ ਲਗਾਈਆਂ ਹੈਗੀਆਂ ਉਹ ਪੁੱਛ ਸਕੀਆਂ ਸਾਰਾ ਪੁੱਛ ਕੀਤਾ ਆਪਣਾ, ਹੁਣ ਆਪਾਂ ਪੁੱਲ ਐਕਸਰਸਾਈਜ਼ ਲਗਾ ਰਹੇ ਹਾਂ ਉਹਨੇ। ਠੀਕ ਹੈ ਜੀ, ਬਿਲਕੁਲ ਡਾਊਨ 'ਤੇ ਆ ਰਿਹਾ ਵਾ, ਇਹਨੂੰ ਜ਼ਿਆਦਾ ਅੱਪ ਨਹੀਂ ਲੈ ਕੇ ਆਉਣਾ ਹੈਗਾ, ਡਾਊਨ 'ਤੇ ਕੰਟਰੈਕਟ ਕਰਨਾ ਵਾ ਅਤੇ ਕੰਟਰੈਕਟ ਵੇ ਦੇ ਵਿੱਚ, ਅਤੇ ਬੋਡੀ ਨੂੰ ਸਵਿੰਗ ਨਹੀਂ ਕਰਨਾ ਹੈਗਾ ਇਹਦੇ ਵਿੱਚ ਵੀ। 10 ਰੈਪੀਟੇਸ਼ਨ ਲਗਾਉਣੇ ਆ, 10 ਰੈਪੀਟੇਸ਼ਨ ਲਗਾਉਣ ਤੋਂ ਬਾਅਦ ਫਿਰ ਰੈਸਟ ਲੈਣੀ ਆ 30 ਸੈਕਿੰਡ ਦੀ, 30 ਸੈਕਿੰਡ ਰੈਸਟ ਲੈਣ ਤੋਂ ਬਾਅਦ 2 ਵਾਰੀ ਇਸ ਐਕਸਰਸਾਈਜ਼ ਨੂੰ ਰਿਪੀਟ ਕਰਨਾ ਵਾ। ਓਕੇ ਜੀ, ਹੈਲਥ ਆ। ਅਤੇ ਇੱਕ ਜ਼ਰੂਰੀ ਗੱਲ ਆ ਕਿ ਪਾਣੀ ਤੁਹਾਡੇ ਕੋਲ ਹੋਣਾ ਚਾਹੀਦਾ, ਵਾਟਰ, ਯਾਨੀ ਕਿ ਇਹਦੇ ਕੋਲ ਹੈਗਾ ਆ, ਬਹੁਤ ਵਧੀਆ ਗੱਲ ਆ। ਚਾਹੇ ਪਹਿਲਾ ਦਿਨ ਆ ਚਾਹੇ ਦੂਜਾ ਦਿਨ ਆ, ਪਾਣੀ ਤੁਹਾਨੂੰ ਨਾਲ ਦੀ ਨਾਲ ਤੁਹਾਡਾ ਡਰਿੰਕ ਕਰਨਾ ਚਾਹੀਦਾ ਵਾ, ਅਤੇ ਸਿਪ ਕਰ ਲਓ ਪਾਣੀ ਜਿਹੜਾ ਤੁਹਾਨੂੰ ਵਧੀਆ ਰਵੇ, ਕਿ ਜਿਹੜਾ ਤੁਸੀਂ ਜਦੋਂ ਲਾਉਣੇ ਪਏ ਐਕਸਰਸਾਈਜ਼ ਤੁਹਾਡੀ ਐਨਰਜੀ ਬਿਲਕੁਲ ਲੋ ਨਾ ਜਾਵੇ, ਕਿਉਂਕਿ 70% ਦੇ ਗੱਲ ਕਰੀਏ ਤਾਂ ਬੋਡੀ ਦੇ ਵਿੱਚ ਆਪਣੇ ਵਾਟਰ ਹੁੰਦਾ ਵਾ। ਇਸ ਤੋਂ ਬਾਅਦ ਐਕਸਰਸਾਈਜ਼ ਲਗਾ ਰਹੇ ਹਾਂ ਆਪਾਂ ਲੈਗ ਵਰਕਆਊਟ ਵੀ। ਠੀਕ ਹੈ, ਲੈਗ ਵਰਕਆਊਟ ਬਹੁਤ ਜਾਣੇ ਸਕਿੱਪ ਕਰਦੇ ਆ, ਉਹ ਨਹੀਂ ਕਰਨਾ ਚਾਹੀਦਾ ਹੈਗਾ। ਇਸ ਕਰਕੇ ਆਪਾਂ ਜੋ ਉਹ ਐਕਸਰਸਾਈਜ਼ ਦੇ ਵਿੱਚ ਮੈਕਸ ਐਕਸਰਸਾਈਜ਼ ਦੇ ਵਿੱਚ ਇਹਨੂੰ ਇਨਵੋਲਵ ਕਰਨਾ ਵਾ। ਜੇ ਤੁਸੀਂ ਜਿੱਦਾਂ ਤੁਸੀਂ ਪਹਿਲੇ ਦਿਨ ਆਪਾਂ ਜਿਮ ਦੇ ਵਿੱਚ ਗੱਲ ਕਰ ਰਹੇ ਹਾਂ ਐਕਸਰਸਾਈਜ਼ ਦੀ, ਅਤੇ ਆਪਾਂ ਜਿਹੜਾ ਵੇਟ ਆ ਨੋਰਮਲੀ ਵੇਟ ਲਿਫਟ ਕਰਨਾ ਵਾ, ਅਤੇ ਲੈਗ ਪ੍ਰੈਸ ਤੁਸੀਂ ਤੁਹਾਡੀ ਇੱਕ ਕੰਪਾਊਂਡ ਐਕਸਰਸਾਈਜ਼, ਯਾਨੀ ਕਿ ਇੱਕ ਬਹੁਤ ਵਧੀਆ ਐਕਸਰਸਾਈਜ਼ ਹੈ ਜਿਹਨਾਂ ਆਪਾਂ ਲੈਗ ਨੂੰ ਟ੍ਰੇਨ ਕਰ ਸਕਦੇ ਹਾਂ ਬੈਸਟ, ਯਾਨੀ ਕਿ ਹੈਮ ਵੀ ਟ੍ਰੇਨ ਹੋਣੀ ਹੈ ਤੁਹਾਡੀ। ਠੀਕ ਹੈ, ਪਹਿਲੇ ਪੋਜੀਸ਼ਨ 'ਚ ਤੁਹਾਡੇ ਬਿਲਕੁਲ ਪੈਰ ਹੋਣੇ ਚਾਹੀਦੇ ਆ ਜਿਹੜੇ ਹੈਗੇ ਸ਼ੋਲਡਰ ਤੋਂ ਲੈਗਸ ਆ। ਓਕੇ, ਸਲੋ ਡਾਊਨ ਆਉਣਾ ਵਾ। ਠੀਕ ਹੈ, ਜ਼ਿਆਦਾ ਆਪਣੀ ਜਿਹੜੀ ਲੈਗ ਆ ਜਿਹੜੇ ਨੀ ਆ ਤੁਹਾਡੇ ਚੈਸਟ ਦੇ ਕੋਲ ਨਹੀਂ ਆਉਣੇ ਚਾਹੀਦੇ ਹੈਗੇ, ਬਿਲਕੁਲ ਇੱਥੇ ਲਗਾਉਣੇ ਆ, ਅਤੇ ਉੱਪਰ ਨੂੰ ਜੋ
ਉਹ ਬਿਲਕੁਲ ਲੈਗ ਜਿਹੜੀ ਸਟ੍ਰੇਟ ਨਹੀਂ ਹੋਣੀ ਚਾਹੀਦੀ ਆ, ਲਾਈਟਲੀ ਜਿਹੜੀ ਆ ਉਹ ਯਾਨੀ ਕਿ ਲੋਕ ਲੋਕ ਪੋਜੀਸ਼ਨ ਦੇ ਵਿੱਚ ਨਹੀਂ ਲੈ ਕੇ ਜਾਣੀ ਹੈਗੀ, ਅਨਲੋਕ ਹੋ ਗਿਆ ਅਨਲੋਕ ਪੋਜੀਸ਼ਨ ਦੇ ਵਿੱਚ ਰੱਖਣੇ ਆ, 10 ਤੋਂ 10 ਰੈਪੀਟੀਸ਼ਨ ਲਗਾਉਣੇ ਆ, 10 ਰੈਪੀਟੀਸ਼ਨ ਲਗਾਉਣ ਤੋਂ ਬਾਅਦ ਰੈਸਟ ਲੈਣੀ ਆ 30 ਸੈਕਿੰਡ, ਉਸ ਤੋਂ ਬਾਅਦ ਇਸੇ ਐਕਸਰਸਾਈਜ਼ ਨੂੰ 2 ਵਾਰੀ ਰਿਪੀਟ ਕਰਨਾ ਵਾ। ਓਕੇ ਥੋੜ੍ਹੇ ਨਹੀਂ ਨਹੀਂ ਠੀਕ ਆ, ਅਤੇ ਬਿਲਕੁਲ ਆਪਣੀ ਜਿਹੜੀ ਜਿਹੜੀ ਹੀਲ ਆ ਉਹ ਨਹੀਂ ਚੱਕ ਹੋਣੀ ਚਾਹੀਦੀ, ਇਹ ਮਿਸਟੇਕ ਨਹੀਂ ਕਰਨੀ ਹੈਗੀ, ਜੇ ਤੁਹਾਨੂੰ ਲੱਗਦਾ ਆ ਤਾਂ ਫਿਰ ਤੁਸੀਂ ਤੁਹਾਡੇ ਪੈਰ ਉਹਨੂੰ ਅਪ ਕਰ ਲਓ, ਠੀਕ ਹੈ ਜੀ। ਨਹੀਂ ਵੇਟ ਨਹੀਂ ਹਲਕਾ, ਵੇਟ ਤੁਸੀਂ ਲਾਈਟ ਯੂਜ ਕਰਨਾ ਵਾ ਕਿਉਂਕਿ ਤੁਹਾਡਾ ਪਹਿਲਾ ਦਿਨ ਆ, ਇਸ ਦੇ ਵਿੱਚ ਤੁਹਾਨੂੰ ਪਤਾ ਲੱਗੇ ਕਿ ਮਸਲ ਜਿਹੜਾ ਮਸਲ ਦਾ ਕੰਟਰੈਕਸ਼ਨ ਬਣਦੀ ਆ, ਜ਼ਿਆਦਾ ਵੇਟ ਲਿਫਟ ਨਹੀਂ ਕਰਨਾ ਜੇ ਤੁਹਾਡੀ ਸਟਰੈਂਥ ਹੈਗੀ ਵੀ ਆ। ਓਕੇ ਜੀ ਕਰ ਦਿਓ, ਲੋਕ ਕਰ ਦੇਣਾ ਵਾ ਮਸ਼ੀਨ ਨੂੰ ਬਿਲਕੁਲ, ਇੱਥੇ ਲੋਕ ਕਰਕੇ ਸਲੋ ਇਹਨੂੰ ਡਾਊਨ ਲੈ ਕੇ ਰੱਖਣਾ ਵਾ। ਇਸ ਤੋਂ ਬਾਅਦ ਆਪਾਂ ਅਗਲੀ ਐਕਸਰਸਾਈਜ਼ ਇਹਦੀ ਲਗਾ ਰਹੇ ਹਾਂ, ਜਿਹੜੀ ਆਪਣੀ ਹੈਮ ਆ ਜਿਹੜਾ ਬੈਕ ਮਸਲ ਆ ਉਹਨੂੰ ਆਪਾਂ ਟ੍ਰੇਨ ਕਰਨਾ ਆ, ਉਹ ਆਪਾਂ ਲਗਾਉਣਾ ਹੈਗਾ ਆ ਮਸਲ ਦੇ ਨਾਲ ਡੰਬਲ ਦੇ ਨਾਲ ਆਪਾਂ ਟ੍ਰੇਨ ਕਰਨਾ ਵਾ, ਉਹਨੂੰ ਬੋਲਦੇ ਆ। ਤੁਸੀਂ ਇੱਦਾਂ ਕਰੋ ਡੰਬਲ ਲਿਆਓ ਇੱਕ ਜਵਾਕ, ਨਹੀਂ 10 ਕਿਲੋ ਦਾ ਡੰਬਲ ਲਿਆਓ ਬਸ, ਜ਼ਿਆਦਾ ਹੈਵੀ ਨਹੀਂ, ਲਾਈਟ ਚੂਜ ਕਰਨਾ ਵਾ। ਉਹਦੇ ਵਿੱਚ ਤੁਹਾਡੀ ਜਿਹੜੀ ਆ ਬਿਲਕੁਲ ਜਿਹੜੀ ਡਾਊਨ ਅਤੇ ਸਟੇ ਆ ਜਿਹੜੀ ਚੀਜ਼ ਹੈਗੀ ਆ ਉਹ ਬਿਲਕੁਲ ਸਟੇਬਲ ਹੋਣੀ ਚਾਹੀਦੀ ਆ, ਪੈਰ ਜਿਹੜਾ ਤੁਹਾਡੇ ਜਿਹੜਾ ਬਿਲਕੁਲ ਕਹਿ ਲਓ ਕਿ ਗਰਾਊਂਡ ਜਿਹੜਾ ਫਲੋਰ ਆ ਉਹ ਬਿਲਕੁਲ ਸਹੀ ਹੋਣਾ ਚਾਹੀਦਾ ਵਾ, ਇਹ ਨਾ ਹੋਵੇ ਕਿ ਕਰੇ ਉੱਪਰ ਕਿਸੇ ਬੰਨੇ ਥੱਲੇ ਆ, ਕਿਸੇ ਉੱਚਾ ਉੱਚਾ ਨੀਵਾਂ ਨਾ ਹੋਣਾ ਚਾਹੀਦਾ, ਸਿੰਪਲ ਜੀ ਗੱਲ ਕਹੀਏ ਉੱਚਾ ਨੀਵੀ ਨਹੀਂ ਹੋਣੀ ਚਾਹੀਦੀ ਕਿਸੇ ਬੰਨੇ ਵੀ। ਬਿਲਕੁਲ ਆਪਣੇ ਕੰਟਰੈਕਟ ਕੀਤੀ ਲੈਗ ਥੋੜ੍ਹੀ ਜਿਹੀ ਆਊਟਸਾਈਡ ਕੀਤੀ ਅਤੇ ਇਹਨੂੰ ਕੰਟਰੈਕਟ ਕਰਨਾ ਵਾ, ਤੁਹਾਨੂੰ ਮੈਂ ਦੱਸਦਾ ਹਾਂ ਹੁਣੇ, ਆ ਜਾਓ ਠੀਕ ਹੈ, ਪੋਜੀਸ਼ਨ ਰੱਖ ਲਓ। ਓਕੇ ਗੁੱਡ ਠੀਕ ਹੈ ਜੀ, ਲੈਗ ਥੋੜ੍ਹੀ ਜਿਹੀ ਹੋਰ ਖੋਲੋ ਬਸ, ਠੀਕ ਹੈ ਗੁੱਡ ਠੀਕ ਹੈ ਜੀ। ਬਿਲਕੁਲ ਹੁਣ ਡੰਬਲ ਇੱਥੇ ਫੜ ਲੈਣਾ ਵਾ, ਠੀਕ ਹੈ, ਇਹਨੂੰ ਆਰਮ ਨੂੰ ਬਿਲਕੁਲ ਤੁਸੀਂ ਛੱਡਣਾ ਵਾ, ਠੀਕ ਹੈ, 90 ਡਿਗਰੀ 'ਤੇ ਡਾਊਨ ਜਾਣਾ ਵਾ ਤੁਸੀਂ ਸ਼ੋਲਡਰ। ਓਕੇ ਗੁੱਡ, ਜਿਹੜੀ ਤੁਹਾਡੀ ਬੈਕ ਆ ਉਹ ਬਿਲਕੁਲ ਆਰਕ ਨਹੀਂ ਹੋਣੀ ਚਾਹੀਦੀ ਹੈਗੀ, ਵੀ ਪਿੱਛੋਂ ਬੈਕ ਆਰਕ ਹੋਈ ਜਾਂਦੀ ਹੈ, ਇੱਕ ਵਾਰੀ ਇੱਦਾਂ ਕਰੋ ਤੁਸੀਂ ਉੱਧਰ ਨੂੰ ਘੁੰਮ ਜਾਓ ਥੋੜ੍ਹਾ ਇੱਧਰ, ਥੋੜ੍ਹਾ ਕੈਮਰੇ 'ਚ ਪਤਾ ਲੱਗ ਜੂਗਾ, ਠੀਕ ਹੈ ਹਾਂਜੀ ਗੁੱਡ, ਹਾਂ ਠੀਕ ਹੈ। ਬੈਕ ਜਿਹੜੀ ਹੈ ਤੁਹਾਡੀ ਸਟ੍ਰੇਟ ਹੋਣੀ ਚਾਹੀਦੀ ਆ, ਇਹ ਜ਼ਿਆਦਾ ਆਰਕ ਨਹੀਂ ਬਣਨੀ ਚਾਹੀਦੀ ਹੈਗੀ, ਜਾਂ ਕਹਿ ਲਓ ਰਾਊਂਡ ਨਹੀਂ ਹੋਣੀ ਚਾਹੀਦੀ ਹੈਗੀ, 90 ਡਿਗਰੀ ਤੱਕ ਡਾਊਨ ਜਾਣਾ ਵਾ ਤਾਂ ਨਹੀਂ ਜ਼ਿਆਦਾ ਅਬਵ ਨਹੀਂ ਜਾਣੀ ਚਾਹੀਦੀ, ਤੁਹਾਡੇ ਟੋ ਤੋਂ ਅੱਗੇ ਨਹੀਂ ਜਾਣੀ ਚਾਹੀਦੀ ਹੈਗੀ, ਫਾਰਵਰਡ ਨਹੀਂ ਹੋਣੀ ਚਾਹੀਦੀ। 10 ਰੈਪੀਟੀਸ਼ਨ ਤੁਸੀਂ ਲਗਾਉਣੇ ਆ, 10 ਰੈਪੀਟੀਸ਼ਨ ਤੋਂ ਬਾਅਦ 30 ਸੈਕਿੰਡ ਦੀ ਰੈਸਟ ਲੈਣੀ ਆ, ਫਿਰ ਰਿਪੀਟ ਕਰਨਾ ਵਾ 3 ਟਾਈਮ। ਓਕੇ ਜੀ ਗੁੱਡ, ਹੁਣ ਤੁਹਾਡੇ ਰੈਪੀਟੀਸ਼ਨ ਲੱਗ ਚੁੱਕਿਆ, ਤੁਹਾਡੀ ਐਕਸਰਸਾਈਜ਼ ਲੱਗ ਚੁੱਕੀ ਆ, ਤੁਸੀਂ ਡੰਬਲ ਵਾਪਸ ਫਿਰ ਦੁਬਾਰਾ ਰੈਕ 'ਤੇ ਰੱਖ ਕੇ ਆਉਣਾ ਵਾ, ਇਹਨੇ ਵੀ ਡੰਬਲ ਇੱਥੇ ਛੱਡਤਾ ਅਤੇ ਜਿੱਦਾਂ ਨੂੰ ਮਰਜ਼ੀ ਚੱਲ ਜਾਓ। ਇਹ ਕੋਈ ਕਹਿ ਲਓ ਕਿ ਜਿੱਥੇ ਤੁਸੀਂ ਕੁਛ ਚੀਜ਼ ਨੂੰ ਬਣਾਉਣਾ ਆ, ਇੱਕ ਬੋਡੀ ਤੁਹਾਡੀ ਇੱਦਾਂ ਦੀ ਚੀਜ਼ ਆ ਕਿ ਤੁਹਾਡਾ ਮੰਦਰ ਆ, ਅਤੇ ਜਿਸ ਮੰਦਰ ਦੇ ਤੁਸੀਂ ਬਣਾਉਣ ਲੱਗੇ ਆ ਉਹ ਜਿਹੜੀ ਚੀਜ਼ ਤੁਹਾਡਾ ਬਣਾ ਰਹੀ ਆ, ਯਾਨੀ ਕਿ ਆਪਣੇ ਇੱਕ ਮੰਦਰ ਦੇ ਵਿੱਚ ਇੱਕ ਪੁਜਾਰੀ ਵੀ ਕੰਮ ਕਰਦਾ ਤਾਂ ਉਹ ਵੀ ਸਫਾਈ ਰੱਖਦਾ ਵਾ, ਇਸੇ ਤਰ੍ਹਾਂ ਆਪਣਾ ਜਿੰਮ ਦੇ ਵਿੱਚ ਸਫਾਈ ਰੱਖਣੀ ਬਹੁਤ ਜ਼ਰੂਰੀ ਆ। ਆਜੋ ਹੁਣ ਆਪਾਂ ਐਕਸਰਸਾਈਜ਼ ਲਗਾ ਰਹੇ ਹਾਂ, ਇਸ ਤੋਂ ਬਾਅਦ ਟ੍ਰਾਈਸੈਪ ਲਗਾਉਣਾ ਆ, ਬਾਈਸੈਪ ਬਾਅਦ ਵਿੱਚ ਲਗਾਉਣਾ ਆ, ਕਈ ਕਰਦੇ ਆ ਕਿ ਬਾਈਸੈਪ ਪਹਿਲਾਂ ਲਗਾਉਣਾ, ਜਦਕਿ ਟ੍ਰਾਈਸੈਪ ਦੀ ਜ਼ਿਆਦਾ ਜ਼ਰੂਰਤ ਆ ਪਹਿਲਾਂ। ਚਲੋ ਟ੍ਰਾਈਸੈਪ 'ਤੇ ਕੀ ਆ, ਤੁਸੀਂ ਪੁਸ਼ ਡਾਊਨ ਲਾਉਣੀ ਆ, ਯਾਨੀ ਕਿ ਪ੍ਰੈਸ ਡਾਊਨ ਲਾਉਣਾ ਇਹਨੂੰ, ਬਿਲਕੁਲ ਇਹਨੂੰ ਐਂਗਲ ਕਰ ਲੈਣਾ, ਵੇਟ ਜਿਹੜਾ ਲਾਈਟ ਰੱਖਣਾ ਵਾ, ਜ਼ਿਆਦਾ ਨਹੀਂ ਹੈਵੀ ਕਰਨਾ ਹੈਗਾ, ਇੱਕ ਵੱਲੋਂ ਪੋਜੀਸ਼ਨ ਇੱਕ ਡਾਊਨ ਆ ਜਾਣਾ ਤੁਸੀਂ, ਠੀਕ ਹੈ। ਐਲਬੋ ਜਿਹੜੀਆਂ ਆ ਤੁਹਾਡੀਆਂ ਇੱਥੇ ਲੋਕ ਹੋਣੀਆਂ ਚਾਹੀਦੀਆਂ, ਐਲਬੋ ਨਹੀਂ ਅਪ ਡਾਊਨ ਚੜਨੀਆਂ ਚਾਹੀਦੀਆਂ, ਠੀਕ ਹੈ। ਓਕੇ ਅਪ ਜਾ ਕੇ ਚਲੋ ਡਾਊਨ ਲੈ ਕੇ ਆਓ, ਬਿਲਕੁਲ ਥੱਲੇ ਆਣ ਕੇ ਸਕੂਈਜ਼ ਕਰਨਾ ਵਾ, 10 ਰੈਪੀਟੀਸ਼ਨ ਲਗਵਾਉਣੇ ਆ। ਇਹ ਨਹੀਂ ਹੈਗਾ ਕਿ ਤੁਹਾਡੀ ਜਿਹੜੀ ਐਲਬੋ ਅੱਗੇ ਨਹੀਂ ਜਾਣੀ ਚਾਹੀਦੀ ਹੈਗੀ ਜ਼ਿਆਦਾ, ਜਾਂ ਐਲਬੋ ਤੋਂ ਕਈ ਜ਼ਿਆਦਾ ਬੱਬ ਲੈ ਜਾਂਦੇ ਆ, ਉਹ ਵੀ ਨਹੀਂ ਹੋਣਾ ਹੈਗਾ, ਇੱਥੇ ਕੰਟਰੋਲ ਵੇਵ ਦੇ ਨਾਲ ਡਾਊਨ ਆਉਣਾ ਵਾ। ਗੁੱਡ, 10 ਰੈਪੀਟੀਸ਼ਨ ਲਗਾਉਣੇ ਆ, 10 ਰੈਪੀਟੀਸ਼ਨ ਲਗਾ ਕੇ 30 ਸੈਕਿੰਡ ਦੀ ਰੈਸਟ ਲੈਣੀ, ਉਸ ਤੋਂ ਬਾਅਦ ਤੁਸੀਂ 2 ਵਾਰੀ ਇਸੇ ਐਕਸਰਸਾਈਜ਼ ਨੂੰ ਫਿਰ ਰਿਪੀਟ ਕਰਨਾ ਵਾ। ਠੀਕ ਆ, ਆ ਜਾਓ ਜੀ, ਪਾਣੀ ਥੋੜ੍ਹਾ ਪੀ ਚਲੋ, ਪਾਣੀ ਜਿਹੜਾ ਪੀਣਾ ਆ ਬਹੁਤ ਜ਼ਰੂਰੀ ਆ ਐਕਸਰਸਾਈਜ਼ ਦੇ ਡਿਊਰਿੰਗ ਟਾਈਮ। ਇਸ ਤੋਂ ਬਾਅਦ ਆਪਾਂ ਇੱਕ ਹੋਰ ਟ੍ਰਾਈਸ ਆ ਐਕਸਰਸਾਈਜ਼ ਲਗਾਉਣੀ ਹੈਗੀ ਆ, ਡੰਬਲ ਟੇਕ ਕਰ ਲਓ ਫਿਰ 10 ਕੇਜੀ ਜਾਂ 7.5 ਕੇਜੀ ਦਾ ਤੁਸੀਂ ਲਗਾ ਲਓ ਡੰਬਲ, ਡੰਬਲ ਲੈ ਆਓ, ਇੱਕੋ ਡੰਬਲ ਲੈ ਕੇ ਆਉਣਾ ਵਾ, ਇੱਕ ਰੱਖ ਦਿਓ, ਇੱਕੋ ਡੰਬਲ ਲੈ ਕੇ ਆਉਣਾ। ਇਹ ਆਪਾਂ ਲਾਉਣੀ ਹੈਗੀ ਆ ਓਵਰ ਹੈਡ ਐਕਸਟੈਂਸ਼ਨ, ਬੈਠ ਜਾਓ ਅਟਕੇ ਲਗਾ ਲਓ, ਡੰਬਲ ਆਪਣਾ ਓਵਰ ਲੈ ਆਉਣਾ ਵਾ, ਗਿੱਟ ਜਿਹੜੀ ਆ ਸਟਰੋਂਗ ਹੋਣੀ ਚਾਹੀਦੀ ਤੁਹਾਡੀ, ਗੁੱਡ ਠੀਕ ਆ, ਫਰੈਂਡ ਹੋਣਾ ਚਾਹੀਦਾ, ਬੈਕ 'ਤੇ ਆਉਣਾ ਵਾ, ਠੀਕ ਆ ਗੁੱਡ। ਜ਼ਿਆਦਾ ਵੀ ਤੁਸੀਂ ਇਨ ਸਾਈਡ ਨਹੀਂ ਰੱਖਣਾ, ਕਈ ਕਹਿੰਦੇ ਕਿ ਬਹੁਤ ਇਨ ਰੱਖੋ, ਇਹ ਕੋਈ ਸਹੀ ਪੋਜੀਸ਼ਨ ਨਹੀਂ ਹੈਗੀ, ਥੋੜ੍ਹਾ ਜਿਹਾ ਤੁਸੀਂ ਆਊਟ ਸਾਈਡ ਨੂੰ ਕਰ ਸਕਦੇ ਆ, ਬਿਲਕੁਲ ਗੁੱਡ ਠੀਕ ਹੈ ਜੀ। ਟ੍ਰਾਈਸੈਪ ਦੀ ਐਕਸਰਸਾਈਜ਼ ਆ ਇਹ, ਠੀਕ ਹੈ, ਇਹਨੂੰ ਓਵਰ ਹੈਡ ਐਕਸਟੈਂਸ਼ਨ ਬੋਲਦੇ ਆ। ਇਹ 10 ਰੈਪੀਟੀਸ਼ਨ ਲਗਾਉਣੇ ਆ, ਉਸ ਤੋਂ ਬਾਅਦ ਇਹਨੂੰ ਫਿਰ ਰੈਸਟ ਲੈਣੀ ਆ 30 ਸੈਕਿੰਡ ਦੀ, 3 ਵਾਰੀ ਐਕਸਰਸਾਈਜ਼ ਨੂੰ ਰਿਪੀਟ ਕਰਨਾ ਵਾ। ਓਕੇ ਗੁੱਡ ਠੀਕ ਹੈ ਜੀ, ਐਕਸਰਸਾਈਜ਼ ਲਗਾਉਣ ਤੋਂ ਬਾਅਦ ਡੰਬਲ ਫਿਰ ਤੁਸੀਂ ਆਪਣਾ ਵਾਪਸ
ਰੈਕ ਤੇ ਰੱਖ ਦਿਓ। ਗੁੱਡ, ਠੀਕ ਹੈ ਜੀ, ਰੱਖ ਦਿਓ ਰੈਕ ਤੇ। ਇਸ ਤੋਂ ਬਾਅਦ ਲਗਾ ਰਹੇ ਹਾਂ ਆਪਾਂ ਬਾਈਸੈਪ ਦੀ ਐਕਸਰਸਾਈਜ਼। ਟ੍ਰਾਈਸੈਪ ਦੇ ਦੋ ਐਕਸਰਸਾਈਜ਼ਾਂ ਹੋ ਗਈਆਂ, ਦੋ ਸੈੱਟ ਜਿਹੜੇ ਆਪਾਂ ਬਾਈਸੈਪ ਦੇ ਲਗਾ ਰਹੇ ਹਾਂ। ਪਹਿਲੇ ਐਕਸਰਸਾਈਜ਼ ਲਗਾ ਰਹੇ ਹਾਂ ਆਪਾਂ ਬਾਰਬਲ ਦੇ ਨਾਲ, ਬਾਰਬਲ ਬਾਈਸੈਪ ਕੱਲ ਦੇ ਨਾਲ। ਆ ਜਾਓ ਸਰ, ਆ ਜਾਓ, ਪਲੇਟਾਂ ਪਾ ਲਓ। 5 kg ਵੀ ਜ਼ਿਆਦਾ ਹੈਵੀ ਨਾ ਕਰੇ। ਗੁੱਡ, ਹੋਰ ਲਿਫਟ ਕਰ ਲਓ। ਆਪਣੀ ਸਟਰੈਂਥ ਦੇ ਅਕੋਰਡਿੰਗ ਤੁਸੀਂ ਜਿਹੜਾ ਆ ਵੇਟ, ਹਾਂ ਠੀਕ ਹੈ, ਆਪਣਾ ਬਿਲਕੁਲ ਨੋਰਮਲ ਪੋਜੀਸ਼ਨ ਰੱਖਣਾ ਇਹਦਾ, ਠੀਕ ਹੈ, ਜਿਹੜੀ ਆਪਣੀ ਜੋ ਤੁਹਾਡੀ ਹੈਗੀ ਹੈ ਬੋਡੀ ਦੇ ਹਿਸਾਬ ਨਾਲ, ਜੋ ਤੁਹਾਡੇ ਸ਼ੋਲਡਰ ਦੇ ਇਕੁਅਲ ਆ। ਹਾਂਜੀ, ਗੁੱਡ, ਠੀਕ ਹੈ ਜੀ, ਹਾਂਜੀ, ਬਾਈਸੈਪ ਲਗਾਓ ਅਤੇ ਸਵਿੰਗ ਨਹੀਂ ਕਰਨਾ ਹੈਗਾ, ਬਿਲਕੁਲ ਅੱਗੇ ਪਿੱਛੇ ਨਹੀਂ ਜਾਣਾ ਹੈਗਾ, ਠੀਕ ਹੈ, ਕੰਟਰੋਲ ਵੇਵ ਨਾਲ ਥੋੜ੍ਹੀ ਸਪੀਡ ਰੱਖੋ। ਗੁੱਡ, 10 to 12 ਰੈਪੀਟੇਸ਼ਨ, 10 ਰੈਪੀਟੇਸ਼ਨ ਲਗਾਉਣੇ ਆ ਇਹਦੇ। 10 ਰੈਪੀਟੇਸ਼ਨ ਲਗਾਉਣ ਤੋਂ ਬਾਅਦ ਸੇਮ ਰੈਸਟ ਲੈਣੀ ਆ, 3 times ਇਹਨੂੰ ਰਿਪੀਟ ਕਰਨਾ ਵਾ। ਗੁੱਡ, ਅਤੇ ਰੈਸਟ ਦੀ ਜਿਹੜੀ ਗ੍ਰਿਪ ਆ ਉਹ ਬਿਲਕੁਲ ਸਟਰੋਂਗ ਹੋਣੀ ਚਾਹੀਦੀ ਹੈ, ਜਾਂ ਗ੍ਰਿਪ ਜਿਹੜੀ ਤੁਹਾਡੀ ਆ ਰੈਸਟ ਆ ਇਹ ਡਾਊਨ ਨਹੀਂ ਹੋਣੀ ਚਾਹੀਦੀ ਹੈਗੀ, ਨੋਰਮਲੀ ਥੋੜ੍ਹਾ ਇਨ ਹੋਵੇ, ਇਨਵਰਡ ਹੋਵੇ, ਅਪ ਨੂੰ ਹੋਣੀ ਚਾਹੀਦੀ ਆ। ਇਹ ਨਾ ਹੋਵੇ ਕਿ ਇੱਥੇ ਤੁਸੀਂ ਬਿਲਕੁਲ ਲੂਜ਼ ਛੱਡ ਦਿਓ ਜਾਂ ਗ੍ਰਿਪ ਤੁਹਾਡੀ ਲੂਜ਼ ਹੋ ਜਾਵੇ, ਠੀਕ ਹੈ ਜੀ। 10 ਰੈਪੀਟੇਸ਼ਨ ਲਗਾਤੇ, ਓਕੇ ਜੀ, ਇਹ ਹੋ ਗਿਆ ਤੁਹਾਡੀ ਬਾਈਸੈਪ ਕੱਲ, ਠੀਕ ਹੈ ਜੀ, ਬਾਰਬਲ ਦੇ ਨਾਲ ਲਗਾਇਆ। ਇਸ ਤੋਂ ਬਾਅਦ ਆਪਾਂ ਲਗਾ ਰਹੇ ਹਾਂ ਹੈਮਰ, ਡੰਬਲ ਦੇ ਨਾਲ ਹੈਮਰ ਕਰ ਲਗਾ ਰਹੇ ਹਾਂ। ਆ ਜਾਓ ਸਰ, ਆ ਜਾਓ, 2 dumbbells ਲੈ ਆਓ, ਹਾਂ ਹਾਂ, ਲਾਈਟ ਬਸ, ਠੀਕ ਹੈ, ਸਟਰੈਂਥ ਦੇ ਅਕੋਰਡਿੰਗ ਇਹਦਾ ਲਿਫਟ ਕਰਨਾ ਵਾ। ਇਹਨੂੰ ਨਿਊਟਰਲ ਗ੍ਰਿਪ ਵੀ ਬੋਲਦੇ ਹਾਂ ਆਪਾਂ, ਹੈਮਰ ਕਰਲ ਦੇ ਵਿੱਚ ਨਿਊਟਰਲ ਗ੍ਰਿਪ ਯੂਜ਼ ਹੁੰਦੀ ਹੈ ਜਦੋਂ ਲਗਾਉਣੀ ਆ, ਠੀਕ ਹੈ ਜੀ। ਤੁਸੀਂ ਨੋਰਮਲ ਪੋਜੀਸ਼ਨ 'ਚ ਆਏ ਆ, ਇਦੋਂ ਤੁਸੀਂ ਬਾਈਸੈਪ ਨੂੰ ਸਿੱਧਾ ਅਪ ਲੈ ਕੇ ਜਾਣਾ ਵਾ, ਠੀਕ ਹੈ। ਗੁੱਡ, ਆਲਟਰਨੇਟਿਵ, ਇੱਕ ਵਾਰ ਇੱਧਰ ਇੱਕ ਵਾਰ ਉੱਧਰ, 10 ਰੈਪੀਟੇਸ਼ਨ ਲਗਾਉਣੇ ਆ ਤਾਂ 3 times ਇਹਨੂੰ ਰਿਪੀਟ ਕਰਨਾ ਵਾ, ਸੇਮ ਜੋ ਅੱਗੇ ਚੱਲਦਾ ਆ ਰਿਹਾ ਆਪਣਾ। ਗੁੱਡ, ਅਤੇ ਜ਼ਿਆਦਾ ਆਣ ਕੇ ਬਾਉਂਸ ਨਹੀਂ ਕਰਨਾ ਹੈਗਾ ਵੀ ਅਪ ਤੁਸੀਂ ਲੈ ਕੇ ਜਾਓ, ਇੱਦਾਂ ਦਾ ਕੁਛ ਨਹੀਂ, ਮਿਸਟੇਕ ਨਹੀਂ ਕਰਨੀ ਹੈਗੀ, ਨੋਰਮਲ ਵੇਵ 'ਚ ਅਪ ਲੈ ਕੇ ਆਉਣਾ, ਡਾਊਨ ਲੈ ਕੇ ਜਾਣਾ, ਠੀਕ ਹੈ ਜੀ। ਅਤੇ ਤੁਹਾਡਾ ਮਸਲ ਮਾਇੰਡ ਕਨੈਕਸ਼ਨ ਹੋਣਾ ਚਾਹੀਦਾ ਵਾ, ਕੰਟਰੈਕਟ ਹੋਣਾ ਚਾਹੀਦਾ ਵਾ, ਬਾਈਸੈਪ ਜਿਹੜਾ ਆ ਤੁਸੀਂ ਕੰਟਰੈਕਟ ਹੋਣਾ ਚਾਹੀਦਾ ਵਾ, ਕਿਉਂਕਿ ਆਪਾਂ ਚੀਜ਼ ਲਗਾ ਰਹੇ ਹਾਂ, ਕੰਟਰੈਕਟ ਹੋਣਾ ਚਾਹੀਦਾ ਵਾ, ਠੀਕ ਹੈ ਜੀ। ਓਕੇ ਜੀ, 10 ਰੈਪੀਟੇਸ਼ਨ ਲਗਾ ਕੇ ਇਹਨੂੰ ਇਸੇ ਤਰ੍ਹਾਂ ਉੱਪਰ ਡੰਬਲ ਨੂੰ ਦੁਬਾਰਾ ਫਿਰ ਵਾਪਸ ਤੁਸੀਂ ਰੈਕ 'ਤੇ ਰੱਖ ਦੇਣਾ ਵਾ, ਠੀਕ ਹੈ ਜੀ। ਅਤੇ ਆਪਣੇ ਹੋ ਗਈ 22 tries, ਸਾਰਾ ਕੁਛ ਹੋ ਗਿਆ। ਇਸ ਤੋਂ ਬਾਅਦ ਆਪਾਂ ਇੱਕ ਛੋਟੀ ਐਕਸਰਸਾਈਜ਼ ਲਗਾ ਰਹੇ ਹਾਂ ਸ਼ਰੱਗ ਦੀ, ਸ਼ਰੱਗ ਲਗਾ ਰਹੇ ਹਾਂ ਆਪਾਂ ਡੰਬਲ ਦੇ ਨਾਲ ਜਾਂ ਬਾਰਬਲ ਦੇ ਨਾਲ ਤੁਸੀਂ ਲਗਾ ਲਓ, ਪਰ ਫਿਲਹਾਲ ਦੀ ਘੜੀ ਅੱਜ ਆਪਾਂ ਲਗਾ ਰਹੇ ਹਾਂ ਡੰਬਲ ਦੇ ਨਾਲ, ਠੀਕ ਹੈ ਜੀ। 10 kg ਦੀ ਡੰਬਲ ਤੁਸੀਂ ਲਿਫਟ ਕਰ ਲਓ, ਹਾਂਜੀ, ਗੁੱਡ, ਇੱਕ ਹੋਰ ਲੈ ਲਓ, 2 ਲੈਣੇ, ਸ਼ਰੱਗ ਕਰਨੇ ਆ, ਤੁਸੀਂ ਨੋਰਮਲ ਪੋਜੀਸ਼ਨ 'ਚ ਆ ਗਏ ਆ, ਅਪ ਜਾਣਾ ਵਾ, ਡਾਊਨ ਜਾਣਾ ਵਾ, ਠੀਕ ਹੈ, ਗੁੱਡ। ਸਟਰੋਂਗ ਹੋਣੀ ਚਾਹੀਦੀ ਤੁਹਾਡੀ ਗ੍ਰਿਪ ਇਸ ਮਸਲ ਦੇ ਵਾਸਤੇ ਆ, ਜਿਹਨੂੰ ਕੋਲਰ ਬੋਲਦੇ ਹਾਂ ਆਪਾਂ, ਟ੍ਰੈਪ ਦੇ ਵਾਸਤੇ ਆ, ਜਿਹੜਾ ਤੁਹਾਡਾ ਜਿਹੜਾ ਮਸਲ ਹੈ, ਜਿਹੜਾ ਅਪਰ ਮਸਲ ਆ ਸ਼ੋਲਡਰ ਦੇ ਨਾਲ ਇਨਵੋਲਵ ਹੁੰਦਾ, ਇਹਨੂੰ ਐਂਡ 'ਤੇ ਤਾਂ ਲਗਾ ਰਹੇ ਹਾਂ ਕਿ ਸਾਰੀ ਐਕਸਰਸਾਈਜ਼ ਹੋ ਗਈ ਆ ਤੁਹਾਡੀ। ਇਸ ਤੋਂ ਬਾਅਦ ਜਿਹੜਾ ਤੁਹਾਡਾ ਮਸਲ ਆ, ਜਿਹੜੀ ਅਪਰ ਬੈਕ ਆ, ਥੋੜ੍ਹੀ ਟ੍ਰੇਨ ਹੋ ਜਾਵੇ ਕਿ ਰਿਲੈਕਸ ਰਹੇਗਾ। ਜੇ ਸਰਵਾਈਕਲ ਦੀ ਜਿਹੜੀ ਪ੍ਰੋਬਲਮ ਆਉਂਦੀ ਆ ਕਿ ਸਰਵਾਈਕਲ ਹੋ ਗਈ ਆ, ਸਰਵਾਈਕਲ ਇੱਕ ਬੋਨ ਦਾ ਜਿਹੜੀ ਆਪਣੇ ਉੱਪਰਲੇ ਮਣਕੇ ਆ, ਸੱਤ ਉਹਨਾਂ ਦਾ ਨਾਮ ਆ, ਕੋਈ ਸਰਵਾਈਕਲ ਦੀ ਪ੍ਰੋਬਲਮ ਜਿਹੜੀ ਹੁੰਦੀ ਆ, ਜਿਹੜੀ ਕੋਈ ਨਾੜ ਤੁਹਾਡੇ ਨਾਲ ਦੱਬ ਹੋ ਗਈ ਆ, ਉਹਨੂੰ ਵੀ ਇਹ ਠੀਕ ਕਰਦੀ ਹੈ ਇਸ ਐਕਸਰਸਾਈਜ਼ ਨੂੰ, ਅਤੇ ਬਹੁਤ ਵਧੀਆ ਐਕਸਰਸਾਈਜ਼ ਆ, ਠੀਕ ਹੈ ਜੀ। ਇਹ ਲਗਾ ਕੇ ਤੁਸੀਂ ਦੁਬਾਰਾ ਫਿਰ ਡੰਬਲ ਰੈਕ 'ਤੇ ਰੱਖ ਦੇਣੇ ਆ, ਠੀਕ ਹੈ ਗਾਇਸ। ਅੱਜ ਜਿਹੜੀਆਂ ਐਕਸਰਸਾਈਜ਼ ਆਪਾਂ ਦੱਸੀਆਂ ਵਾ, ਮੇਰੇ ਖਿਆਲ ਨਾਲ ਇਹਦੇ ਨਾਲ ਦੀ ਕੋਈ ਵੀਡੀਓ ਹੈ ਨਹੀਂ ਗੀ, ਮੈਂ ਦੇਖਦਾ ਸੀਗਾ ਕਿ ਜਦੋਂ ਜਿਮ ਦੇ ਵਿੱਚ ਬਿਗਨਰ ਬੰਦਾ ਜਾਂਦਾ ਵਾ, ਉਹਨੂੰ ਪਤਾ ਨਹੀਂ ਲੱਗਦਾ, ਆਪਾਂ ਅਸੀਂ ਕਹਿ ਦਿੰਦੇ ਹਾਂ ਕਿ ਮੈਕਸ ਐਕਸਰਸਾਈਜ਼ ਲਗਾ ਲਾ, ਅਸਲ 'ਚ ਉਹਨੂੰ ਪਤਾ ਨਹੀਂ ਹੁੰਦਾ ਕਿ ਵੇਵ ਕਿਹੜੇ ਵੇ ਨਾਲ ਲਗਾਉਣੀ ਆ ਮੈਕਸ ਐਕਸਰਸਾਈਜ਼, ਕਿਹੜੀ ਪਹਿਲਾਂ ਚੀਜ਼ ਲਗਾਵਾਂ, ਕਿਹੜੀ ਨਹੀਂ ਲਗਾਵਾਂ, ਕਿਹੜੀ ਕੋਈ ਲੈਟ ਪੁੱਲ ਡਾਊਨ ਲਾ ਲੈਂਦਾ, ਕਦੀ ਕੁਛ ਲਾ ਲੈਂਦਾ, ਕਦੀ ਕੋਈ ਬਾਈ ਲਾ ਲੈਂਦਾ, ਟ੍ਰਾਈ ਲਾ ਲੈਂਦਾ। ਅੱਜ ਸੀਰੀਜ਼ ਇਸੇ ਕਰਕੇ ਤੁਹਾਡੇ ਵਾਸਤੇ ਤਿਆਰ ਕੀਤੀ ਆ, ਉਮੀਦ ਆ ਕਿ ਤੁਹਾਨੂੰ ਬਹੁਤ ਪਸੰਦ ਆਊਗੀ, ਅਤੇ ਇਹਨੂੰ ਅੱਗੇ ਲੈ ਕੇ ਆਓ, ਪੂਰਾ ਇਸ ਚੀਜ਼ ਨੂੰ ਪਤਾ ਲੱਗੇ ਕਿ ਤੁਸੀਂ ਬਿਗਨਰ ਇੱਕ ਜਾਂਦੇ ਆ ਅਤੇ ਜਿਮ ਦੇ ਵਿੱਚ ਕਿਹੜੇ ਢੰਗ ਦੇ ਨਾਲ ਐਕਸਰਸਾਈਜ਼ ਲਗਾਉਣੀ ਆ। ਇਹ ਬਹੁਤ ਜ਼ਰੂਰੀ ਗੱਲ ਆ ਜਿਹੜੀ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਆ, ਠੀਕ ਹੈ ਜੀ। ਪਲੀਜ਼ ਇਸ ਚੀਜ਼ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ ਵੱਧ ਤੋਂ ਵੱਧ। ਓਕੇ ਜੀ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਫਿਰ।